ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਨੇ ਵਾਰਡ ਨੰਬਰ 74 ਦੇ ਗੁਰੂ ਨਾਨਕ ਪੁਰਾ ਵਿਖੇ ਐਲਈਡੀ ਲਾਈਟਸ ਦੀ ਸ਼ੁਰੂਆਤ ਕੀਤੀ। ਉਹਨਾਂ ਆਖਿਆ ਕਿ ਵਾਰਡ ਦੇ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਛੇਤੀ ਪੂਰੇ ਕਰਾ ਦਿੱਤੇ ਜਾਣਗੇ। ਡਾਕਟਰ ਅਨੂਪ ਸ਼ਰਮਾ, ਗੁਲਸ਼ਨ ਸ਼ਰਮਾ, ਅਮਰਜੀਤ ਸਮੇਤ ਕਈ ਲੋਕ ਮੌਜੂਦ ਸਨ। ਵਾਰਡ ਨੰਬਰ 74 ਦੇ ਵਿੱਚ ਜਿਹੜੀਆਂ ਸਮਾਰਟ ਸਿਟੀ ਦੇ ਵਿੱਚ ਲਾਈਟਾਂ ਆ ਉਹਨਾਂ ਦਾ ਉਦਘਾਟਨ ਕੀਤਾ ਗਿਆ। ਅੱਜ ਬਹੁਤ ਇਤਿਹਾਸਕ ਦਿਨ ਆ ਕਿਉਂਕਿ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਕਾਮਯਾਬ ਕੀਤਾ ਸੀਗਾ, ਤੁਹਾਡੀ ਸਰਕਾਰ, ਉਹਦੇ ਅੱਜ 3 ਸਾਲ ਪੂਰੇ ਹੋਏ ਆ। ਡਿਵਾਈਸ ਵੀ ਐਸੇ ਲੱਗਣਗੇ ਵੀ ਜਿਹੜੇ ਲਾਈਟਾਂ ਸ਼ਾਮ ਨੂੰ ਆਪੇ ਜਗਣਗੀਆਂ ਅਤੇ ਸਵੇਰੇ ਆਪੇ ਹੀ ਬੰਦ ਹੋ ਜਾਣਗੀਆਂ। ਸਮਾਰਟ ਸਿਟੀ ਦੀਆਂ ਜਿਹੜੀਆਂ ਲਾਈਟਾਂ ਦਾ ਉਦਘਾਟਨ ਆ ਉਹ ਅੱਜ ਕੀਤਾ ਜਾ ਰਿਹਾ, ਔਰ ਵਾਰਡ ਨੰਬਰ 74 'ਚ ਜਿੰਨਾ ਵੀ ਏਰੀਆ, ਬਹੁਤ ਵੱਡਾ ਏਰੀਆ ਹੈ, ਸਾਰਾ ਏਰੀਆ ਜਿਹੜਾ ਇੱਕ ਮਹੀਨੇ ਦੇ ਵਿੱਚ ਸਾਰਾ ਜਗਮਗਾ ਉੱਠੇਗਾ।